हां जी सत श्री अकाल दोस्तों पंजाब न्यूज़ टीवी देख रहे सारे श्रोता और जियानुजी आपने ही मंत्री विजय सिंहला ਨੂੰ ਪਾਰਟੀ ਚ ਬਾਹਰ ਕੱਢਣ ਤੋਂ ਬਾਅਦ ਕਰਤਾ ਵੱਡਾ ਐਲਾਨ ਜੀ ਹਾਂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਵਾਲ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਆਪਣੇ ਹੀ ਮੰਤਰੀ ਵਿਜੇ ਸਿੰਘਲਾ ਨੂੰ ਕੈਬਨਿਟ ਜੋ ਬਾਹਰ ਕਰਨ ਮਗਰੋਂ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਭਗਵੰਤ ਮਾਨ ਨੇ ਕਿਹਾ ਮੇਰੀ ਸਰਕਾਰ ਵੱਡੀ ਖੋਰੀ ਨੂੰ ਕਤਈ برداشت ਨਾ ਕਰਨ ਦੇ ਰਾਉ ਉੱਤੇ ਚੱਲ ਰਹੀ ਹੈ ਕਿਸੇ ਨੂੰ ਵੀ ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ ਉਸ ਨੂੰ ਜਿਹਾ ਬੇਨੀਯਮਿਆ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਗਿਆ ਕਿ ਇਹ ਮਾਮਲਾ ਸਿਰਫ ਉਹਨਾਂ ਦੇ ਧਿਆਨ ਵਿੱਚ ਹੀ ਸੀ ਤੇ ਉਹ ਇਸ ਨੂੰ ਸਾਜਣਾ ਦਾ ਬਾਹਰ ਟਾਲ ਸਕਦੇ ਸਨ ਪਰ ਉਹਨਾਂ ਨੂੰ ਖਟਕਰ ਕਲਾਂਦੀਪ ਪਵਿੱਤਰ ਤਰਤੀਤੇ ਪੰਜਾਬ ਨੂੰ ਪ੍ਰਸ਼ਟਾਚਾਰ ਮੁਕਤ ਕਰਨ ਦਾ ਅਹਦ ਲਿਆ ਸੀ ਤੇ ਇਸ ਦਿਸ਼ਾ ਵਿੱਚ ਇਹ ਇੱਕ ਇਤਿਹਾਸਕ ਕਦਮ ਹੈ ਮੁੱਖ ਮੰਤਰੀ ਨੇ ਇਹ ਕਿਹਾ ਕਿ ਉਹਨਾਂ ਨੇ ਉਹਨਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਨਿਯਮਾਂ ਅਜ਼ ਲਈ 79 ਤੇ ਇਹ ਸਾਡਾ ਫਰਜ਼ ਬੰਦਾ ਹੈ ਕਿ ਹਰੇਕ ਪੰਜਾਬੀ ਦੀਆਂ ਇਛਾਵਾਂ ਉੱਤੇ ਖੜਾ ਉਤਰੀਏ ਉਹਨਾਂ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਜਾਦੂਏ 75 ਸਾਲ ਹੋ ਚੁਕੇ ਨੇ ਪਰ ਪੂਰੇ ਸੂਬੇ ਵਿੱਚ ਜੇਹੀ ਕੋਈ ਮਿਸਾਲ ਨਹੀਂ ਮਿਲਦੀ ਜਦ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਕੇ ਜੀਵਾਲ ਨੇ 2015 ਵਿੱਚ ਉਹਦੋ ਮਿਸਾਲ ਕਾਇਮ ਕੀਤੀ ਸੀ ਜਦੋਂ ਪ੍ਰਿਸ਼ਟਾਜਾਰ ਦੇ ਦੋਸ਼ ਹੈਟ ਆਪਣੇ ਖੁਰਾਕ ਦੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ ਖਬਰ ਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ